ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਇਹ ਚ ਜੰਬਾ ਜਾਂ ਹੋਇਆ ਜੀ ਚੰਬਾਵੇਂ ਹੋਇਆ ਵੀ ਤੁਸੀਂ ਸ਼ਕਤੀਮਾਨ ਵੇਖਿਆ ਨਾ ਉੱਡਦਾ ਉੱਡਦਾ ਜਦੋਂ ਥੱਲੇ ਡਿੱਗ ਪੈਂਦਾ ਤਾਂ ਉਹਨੂੰ ਹੋਇਆ ਕੁਝ ਨਹੀਂ ਹੁੰਦਾ ਤੇ ਇਸੇ ਪੁਲ ਤੇ ਸੀਗਾ ਕੋਈ ਮੁੰਡਾ ਤੇ ਜਦੋਂ ਚੜਿਆ ਵਾ ਉੱਤੇ ਸੀਗਾ ਤੇ ਥੱਲੇ ਡਿੱਗ ਪਿਆ 400 ਫੁੱਟ ਦੇ ਥੱਲੇ ਤੇ ਉਹਨੂੰ ਕੁਝ ਵੀ ਨਹੀਂ ਹੋਇਆ ਨਾ ਕੋਈ ਲੱਤ ਬਾਹ ਨਾ ਕੁਝ ਵੀ ਟੁੱਟਿਆ ਜੀ ਇਹਦਾ ਬਿਲਕੁਲ ਵਾਟਸਐਪ ਇਹ ਬੜੀ ਇੱਕ ਮਾਰਕਲ ਜਿਹਾ ਵਾਪਰਿਆ ਜੀ ਇਹ ਮੁੰਡਾ ਜਿਹੜਾ ਹੈ 400 ਫੁੱਟ ਉਚਾਈ ਤੋਂ ਡਿੱਗਿਆ ਇੱਕ ਬ੍ਰਿਜ ਤੋਂ ਡਿੱਗਿਆ ਤੇ ਥੱਲੇ ਬਹੁਤ ਤੁਸੀਂ ਜਿਵੇਂ ਦੇਖ ਰਹੇ ਹੋ ਇੱਕ ਪਤਲੀ ਜੀ ਕਰੀਕ ਆ ਉਹਦੇ ਜਾ ਕੇ ਵਜਾ ਪਰ ਇਹਦੀ ਬਚਤ ਰਹਿ ਗਈ ਆ ਇਹਦਾ ਬਚਾਅ ਹੋ ਗਿਆ ਹੈ ਇਹ ਬੜਾ ਸਬ ਖਬਰ ਆ ਰਹੀ ਹੈ ਜੀ ਵਸ਼ਿੰਗਟਨ ਤੋਂ ਜਿੱਥੇ ਇਹ ਮੁੰਡਾ ਡਿੱਗਿਆ ਇਹ 19 ਸਾਲ ਦੀ ਉਮਰ ਹੈਗੀ ਹੈ ਦੀ ਤੇ 400 ਫੁੱਟ ਤੋਂ ਵੀ ਉੱਚਾ ਸੀਗਾ ਇਹ ਪੁਲ ਕਟਨਾ ਵਸ਼ਿੰਗਟਨ ਦੀ ਮੈਸਨ ਕਾਉਂਟੀ ਦੀ ਹੈ ਫਾਇਰ ਡਿਪਾਰਟਮੈਂਟ ਦੇ ਚੀਫ ਨੇ ਕਿਹਾ ਕਿ ਇਸ ਪਰਸਨ ਨੂੰ ਲੱਭਣ ਲਈ ਸਾਨੂੰ ਪਹਿਲਾਂ ਤਾਂ ਬਾਈਨੋਕੂਲਰਸ ਯੂਜ਼ ਕਰਨੇ ਪਏ ਕਿਉਂਕਿ ਉਚਾਈ ਇੰਨੀ ਸੀ ਅਸੀਂ نیچے ਕਲੀਅਰਲੀ ਦੇਖ ਨਹੀਂ ਸੀ ਪਾਰ ਏਨੂੰ ਲੱਭਣ ਦੇ ਲਈ ਇਹਨਾਂ ਨੇ ਜਦੋਂ ਮੁਹਿੰਮ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਬਾਇਰਨੋ ਕਲਰਸ ਯੂਜ਼ ਕਰਨੇ ਪਏ ਇਹ ਮੁੰਡਾ ਜਿੱਥੇ ਚੱਲ ਰਿਹਾ ਸੀ ਡਿੱਗਣ ਤੋਂ ਪਹਿਲਾਂ ਇਹ ਸਰਫੇਸ ਕਾਫੀ ਅਨਿਊਜ਼ਵਲ ਸੀਗੀ ਇਹਨੂੰ ਲੱਗਿਆ ਕਿ ਇਹ ਸੇਫ ਹੈ ਪਰ ਇਹ ਇੱਕ ਕਿਸਮ ਦਾ ਵਾਸ਼ਆਊਟ ਸੀਗਾ ਟੂ ਮੱਚ ਸਟੀਪ ਸੀਗੀ ਚੜਾ ਜਿਵੇਂ ਚੜ੍ਹਾਈ ਹੁੰਦੀ ਹੈ ਢਲਾਨ ਹੁੰਦੀ ਹੈ ਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਉੱਥੇ ਔਖਾ ਸੀਗਾ ਤੇ ਇਹ ਇੱਕ ਸਟੀਪ ਟੈਰਨ ਸੀਗੀ ਤੇ ਇਹ ਉੱਥੇ ਚੱਲਣ ਦੀ ਗਲਤੀ ਕਰ ਬੈਠਾ ਸੈਟਰਡੇ ਨੂੰ ਇਹ ਘਟਨਾ ਵਾਪਰੀ ਹੈ ਚੀਫ ਨੇ ਇਹ ਵੀ ਕਿਹਾ ਕਿ ਮੋਸਟਲੀ ਲੋਕ ਆ ਜਿਹੜੇ ਉਹ ਆਪਣੀ ਗਲਤੀ ਕਰਕੇ ਜਾਣ ਗਵਾ ਲੈਂਦੇ ਆ ਐਕਸਪਲੋਰ ਕਰਨਾ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦੇ ਕੋਲ ਇਹ ਪ੍ਰੋਪਰ ਰਿਸਰਚ ਨਹੀਂ ਹੁੰਦੀ ਕਿਵੇਂ ਤੁਰਨਾ ਫਿਰਨਾ ਕਿਹੜੀ ਜਗ੍ਹਾ ਸੇਫ ਆ ਕਿਹੜੀ ਅਨਸੇਫ ਆ ਤੇ ਉਹਨਾਂ ਵਰਗੀ ਗਲਤੀ ਇਹ ਕਰ ਬੈਠਾ ਉਹ ਗੱਲ ਵੱਖਰੀ ਹੈ ਕਿ ਇਹ ਬੰਦਾ ਲੱਕੀ ਸਾਬਤ ਹੋਇਆ ਇਹ ਬਚ ਗਿਆ ਰੈਸਕਿਊ ਟੀਮਸ ਨੇ ਤੁਰੰਤ ਐਕਸ਼ਨ ਲੈ ਲਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਕੁਝ ਹੋਇਆ ਕਿਸੇ ਨੇ ਰਿਪੋਰਟ ਕੀਤਾ ਤੇ ਤੁਰੰਤ ਇਹਨੂੰ ਲੱਭਣ ਲੱਗੇ ਇਸ ਕਰਕੇ ਸ਼ਾਇਦ ਇਹਦੀ ਜਿਹੜੀ ਹੈ ਬਚਤ ਰਹਿ ਗਈ ਹੈ ਮਾਇਰੈਕਲ ਹੋਇਆ ਇਸ ਮੁੰਡੇ ਨੂੰ ਉਂਝ ਮਾਈਨਰ ਇੰਜਰੀਜ਼ ਜ਼ਰੂਰ ਆਈਆਂ ਨੇ ਪਰ ਕੋਈ ਐਸੀ ਇਹਨੂੰ ਸੱਟ ਫੀਟ ਨਹੀਂ ਲੱਗੀ ਕਿ ਜਿਹਦੇ ਕਰਕੇ ਦਾ ਮੇਜਰ ਨੁਕਸਾਨ ਹੋਇਆ ਹੋਵੇ ਚੀਫ ਨੇ ਇਹ ਵੀ ਕਿਹਾ ਫਾਇਰ ਡਿਪਾਰਟਮੈਂਟ ਦੇ ਨੇ ਕਿ ਇੱਥੇ ਵਾਰਨਿੰਗ ਸਾਈਨਸ ਵੈਸੇ ਬਹੁਤ ਘੱਟ ਆ ਪਰ ਇਨਾਂ ਕ ਜਰੂਰ ਲਿਖਿਆ ਹੋਇਆ ਹੈ ਕਿ ਇਸ ਸਟੀਲ ਬ੍ਰਿਜ ਦੇ ਅਰਾਊਂਡ ਜਿਹੜੀ ਸਰਫੇਸ ਆ ਉਸ ਸਲਿਪਰੀ ਹੈ ਉਸ ਟੀਪ ਹੈ ਤੇ ਉਹ ਅਨਸੇਫ ਆ ਇਸ ਲਈ ਜੇ ਐਕਸਪਲੋਰ ਕਰਨਾ ਤੇ ਕਿਸੇ ਹੋਰ ਥਾਂ ਤੇ ਕਰੋ ਇੱਥੇ ਤੁਹਾਡੀ ਜਾਨ ਨੂੰ ਖਤਰਾ ਹੈ ਪਰ ਚੀਫ ਨੇ ਇਹ ਕਿਹਾ ਕਿ ਕੁਝ ਲੋਕ ਐਕਸਪਲੋਰ ਕਰਨ ਦੇ ਨਾਮ ਤੇ ਸਿਰਫ ਸਟੂਪਿਡਿਟੀ ਸ਼ੋ ਕਰਨਾ ਆਉਂਦੇ ਆ ਜੀ ਬਰਾਤ ਸਾਹਿਬ ਬਿਲਕੁਲ ਜੀ ਇੱਥੇ ਇਹ ਵੀ ਹੈ ਨਾ ਵੀ ਆਪਾਂ ਕਹਿਣਾ ਵੀ ਕੁਝ ਨਹੀਂ ਹੋਇਆ ਸ਼ਾਇਦ ਹੋ ਸਕਦਾ ਇਸੇ ਜਿਵੇਂ ਝਾੜੀਆਂ ਝੂੜੀਆਂ ਤੇ ਹੌਲੀ ਹੌਲੀ ਡਿੱਗਿਆ ਹੋਵੇ ਹਨਾ ਸੋ ਇਹ ਤਾਂ ਨਹੀਂ ਹੈ ਵੀ ਕੋਈ ਉਥੇ ਕਾਰਨਾਮਾ ਵਰਤਿਆ ਜਾਂ ਕੋਈ ਬਹੁਤ ਵੱਡੀ ਕੋਈ ਚੀਜ਼ ਵਰਤ ਗਈ ਭਾ ਉਹ ਕਹਿੰਦੇ ਹੁੰਦੇ ਵੀ ਸ਼ਕਤੀ ਹੈਗੀ ਉਹਦੇ 'ਚ ਸੋ ਕੋਈ ਹੋ ਸਕਦਾ ਕੋਈ ਨਰਮ ਜਗ੍ਹਾ ਤੇ ਡਿੱਗ ਪਿਆ ਹੋਵੇ ਜਿੱਥੇ ਪਾਣੀ ਵਗਾਰਾ ਹੋਵੇ ਤੇ ਇਹਨੂੰ ਤਾਂ ਨੁਕਸਾਨ ਨਾ ਪਹੁੰਚਿਆ ਹੋਵੇ ਬਿਲਕੁਲ ਬ੍ਰਾਡਰਸ ਇਸੇ ਤਰੀਕੇ ਕੋਈ ਜੁ ਹੋਇਆ ਜਾਂਦਾ ਇਹਨੇ ਇਸ ਬੰਦੇ ਨੂੰ ਥੋੜੀ ਬਹੁਤ ਨੌਲੇਜ ਹੋਊਗੀ ਕਿ ਮੈਂ ਕਿਸ ਤਰੀਕੇ ਨਾਲ ਆਪਦਾ ਬਚਤ ਕਰਨੀ ਹੈ ਨਹੀਂ ਤਾਂ ਜਿਹੜੇ ਤਰੀਕੇ ਨਾਲ ਥੱਲੇ ਸਖਤ ਸਰਫੇਸ ਹੁੰਦੀ ਹੈ ਥੱਲੇ ਚਟਾਨਾਂ ਵਰਗੀ ਜਗਾ ਬਣ ਜਾਂਦੀ ਜੇ ਉੱਥੇ ਜਾ ਕੇ ਵੱਜਦਾ ਤੇ ਉਹਦਾ ਨੁਕਸਾਨ ਹੋ ਜਾਣਾ ਸੀਗਾ ਜਾਂ ਤਾਂ ਇਹ ਬੁਸ਼ਸ ਵਗੈਰਾ ਝਾੜੀਆਂ ਵਗੈਰਾ ਤੇ ਲੱਗੇ ਜਾਂ ਫਿਰ ਉੱਥੇ ਪਾਣੀ ਜ਼ਿਆਦਾ ਹੋ ਸਕਦਾ ਕਿ ਪਾਣੀ ਦੇ ਵਿੱਚ ਡਿੱਗਣ ਦਾ ਕੁਝ ਲੋਕਾਂ ਨੂੰ ਤਜਰਬਾ ਹੁੰਦਾ ਆਪਾਂ ਦੇਖਿਆ ਕੁਝ ਲੋਕ ਸਪੈਸ਼ਲੀ ਵੀਡੀਓਜ਼ ਵਗੈਰਾ ਬਣਾਉਂਦੇ ਨੇ ਉਹ ਇੱਕ ਟੈਕਨਿਕ ਯੂਜ਼ ਕਰਦੇ ਨੇ ਉਹ ਨਹੀਂ ਤਾਂ ਜੇ ਬੰਦਾ ਸਿੱਧੇ ਤੌਰ ਤੇ ਬਰਡਸਪ ਡਿੱਗੇ ਤਾਂ ਪਾਣੀ ਵੀ ਬਹੁਤ ਜ਼ਬਰਦਸਤ ਸੱਟ ਲਾਉਂਦਾ ਸੋ ਹੋ ਸਕਦਾ ਇਹਨਾਂ ਨੂੰ ਥੋੜੀ ਬਹੁਤ ਹੀ ਜਾਣਕਾਰੀ ਸੀਗੀ ਇਸ ਕਰਕੇ ਇਹਦੀ ਬਚਤ ਰਹੀ ਗਈ ਹੈ